सेवा
Thank you.
ਬਾਣੀ ਵਿੱਚ ਪ੍ਰਮਾਣ ਹੁੰਦਾ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰ ਗਏ, ਜਿਸਕੇ ਜੀ ਪ੍ਰਾਣ ਹੈ ਉਹ ਸਾਰੇ ਮਨ ਸਾਰੇ। ਬਾਣੀ ਦੇ ਵਿੱਚ ਸਭ ਕੋਈ ਕਹਿੰਦੇ ਨੇ, ਜੋ ਆਇਆ ਸੋ ਚੱਲ ਸੀ, ਜੋ ਆਇਆ ਸੀ ਉਹ ਚਲੇ ਗਿਆ। ਅਤੇ ਇੱਦਾਂ ਹੁਣ ਆਪਾਂ ਸਾਰਿਆਂ ਨੇ ਵੀ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੈ। ਅੱਗੇ ਸਾਰੇ ਕਹਿੰਦੇ ਹਨ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਰੇ ਮਨੋਂ ਸਾਰੇ ਹੈ, ਜਿਹਨਾਂ ਦੇ ਅੰਦਰ ਪ੍ਰਾਣ ਨੇ ਸਵਾਸ ਚੱਲ ਰਹੇ ਨੇ, ਆਪਾਂ ਸਾਰਿਆਂ ਨੂੰ ਹਮੇਸ਼ਾ ਉਸ ਪਰਮੇਸ਼ਰ ਉਸ ਵਾਹਿਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ। ਕਿਉਂਕਿ ਆਪਾਂ ਅਕਸਰ ਗੱਲਾਂ ਕਰ ਰਹੇ ਹਾਂ ਕਿ ਕਿਉਂਕਿ ਤਿੰਨ ਅਵਸਥਾਵਾਂ ਹੁੰਦੀਆਂ ਨੇ ਇਸ ਮਨੁੱਖ ਜੀਵਨ ਦੇ ਕੋਲ, ਇੱਕ ਬਚਪਨ, ਇੱਕ ਜਵਾਨੀ ਅਤੇ ਇੱਕ ਬੁਢੇਪਾ। ਅਤੇ ਆਪਾਂ ਅਕਸਰ ਸੁਣਦੇ ਹਾਂ ਕਿ ਬਚਪਨ ਵਿੱਚ ਵੀ ਪਤਾ ਨਹੀਂ ਲੱਗਦਾ, ਆਪਾਂ ਚਲੋ ਕੀ ਜਗ੍ਹਾ ਕਰਾਂਗੇ, ਫਿਰ ਜਵਾਨੀ ਆਉਂਦੀ ਹੈ, ਫਿਰ ਬੰਦਾ ਕਹਿੰਦਾ ਵੀ ਹਜੇ ਆਪਾਂ ਕੰਮ ਕਰਨ ਦੀ ਉਮਰ ਹੈ, ਹਜੇ ਮਿਹਨਤ ਕਰ ਲਈਏ, ਫਿਰ ਬਾਅਦ ਚੋਂ ਕਰ ਲਈਏ ਦੇਖਾਂਗੇ। ਅਤੇ ਫਿਰ ਜਦੋਂ ਅਵਸਥਾ ਢਾਬੇ ਦੀ ਆਉਂਦੀ ਹੈ ਉਦੋਂ ਫਿਰ ਬੰਦਾ ਵੈਸੇ ਵੀ ਦੇਖ ਲੈਣ ਜੋਗਾ ਰਹਿੰਦਾ। ਸੋ ਸਤਿਗੁਰਾਂ ਨੇ ਕਿਹਾ ਹੈ ਆਪਾਂ ਸਿਮਰਨ ਉਸ ਵਾਹਿਗੁਰੂ ਨੂੰ ਯਾਦ ਆਪਾਂ ਉਸੇ ਸਮੇਂ ਕਰ ਸਕਦੇ ਹਾਂ ਜਦੋਂ ਆਪਾਂ ਥੱਲੇ ਵੀ। ਸੋ ਆਪਾਂ ਨੂੰ ਹਮੇਸ਼ਾ ਆਪਣੇ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ, ਉਸ ਵਾਹਿਗੁਰੂ ਨੂੰ ਯਾਦ ਰੱਖਣਾ ਚਾਹੀਦਾ, ਸਤਿਗੁਰਾਂ ਦੇ ਚਰਨਾਂ ਨੂੰ ਜੁੜਨਾ ਚਾਹੀਦਾ ਹੈ। ਆਓ ਆਪਾਂ ਅਗਲਾ ਸ਼ਬਦ ਰੋ ਕੇ ਗੱਲ ਕਰੀਏ। ਚਲਿਓ ਜਗ ਜਾਈ,
I'm not the one who's running out of time.
जी
ਸਾਡੇ ਵੀਰ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਥ
ਗੁਆਂਢੀਆਂ ਨੂੰ ਮਿੱਤਰਾਂ ਦੋਸਤਾਂ ਨੂੰ ਸਦੀਵੀ ਵਿਛੋੜਾ ਹੈ ਦੇ ਕੇ ਚਲੇ ਗਏ ਤੇ ਉਹਨਾਂ ਬਾਰੇ ਮੈਂ ਇੱਕ ਦੋ ਮਿੰਟ ਆਪ ਜੀ ਨੂੰ ਦੱਸਾਂਗਾ ਕਿਉਂਕਿ ਮੇਰਾ ਨਗਰ ਉਹੀ ਹੈ ਜਿੱਥੋਂ ਆ ਕੇ ਭਾਈ ਦਵਿੰਦਰ ਸਿੰਘ ਜੀ ਇਸ ਖਰੜ ਦੇ ਵਿੱਚ ਰਹਿਣਾ ਉਹਨਾਂ ਨੇ ਕੀਤਾ ਕਿਉਂਕਿ ਬਚਪਨ ਹੈ ਜਿਹੜਾ ਉਹ ਉਸ ਪਿੰਡ ਲੁਧਿਆਣਾ ਦੇ ਨਜ਼ਦੀਕ ਖਾਸੀ ਕਲਾਂ ਉਹਨਾਂ ਦਾ ਜਿਹੜਾ ਜਨਮ ਸੀ ਬਹੁਤ ਹੀ ਸਾਡੇ ਸਤਿਕਾਰਯੋਗ ਸਰਦਾਰ ਸੰਤ ਸਿੰਘ ਜੀ ਗਰੇਵਾਲ ਉਹਨਾਂ ਦੇ ਪਿਤਾ ਅਤੇ ਉਹਨਾਂ ਦੀ ਸਵਰਗਵਾਸੀ ਮਾਤਾ ਪ੍ਰੀਤਮ ਕੌਰ ਜੀ ਉਹਨਾਂ ਦੀ ਕੁੱਖੋਂ ਇਹ ਤਿੰਨ ਸਪੁੱਤਰਾਂ ਨੇ ਜਨਮ ਲਿਆ ਉਹਨਾਂ ਦੇ ਤਿੰਨ ਸਪੁੱਤਰ ਸੀ ਸਰਦਾਰ ਸੰਤ ਸਿੰਘ ਜੀ ਗਰੇਵਾਲ ਅਤੇ ਮਾਤਾ ਪ੍ਰੀਤਮ ਕੌਰ ਜੀ ਦੇ ਜਿਨ੍ਹਾਂ ਵਿੱਚੋਂ ਵੱਡੇ ਸਰਦਾਰ ਦਵਿੰਦਰ ਸਿੰਘ ਉਸ ਤੋਂ ਛੋਟੇ ਸਰਦਾਰ ਰਜਿੰਦਰ ਸਿੰਘ ਅਤੇ ਉਹਨਾਂ ਤੋਂ ਛੋਟੇ ਅੱਜ ਸਾਡੇ ਵਿੱਚ ਬੈਠੇ ਨੇ ਸਰਦਾਰ ਹਰਬੰਸ ਸਿੰਘ ਜੀ ਗਰੇਵਾਲ ਸੋ ਇਹਨਾਂ ਦਾ ਪਰਿਵਾਰ ਸੀ ਜਿਹੜਾ ਸਾਰਾ ਹੀ ਸਾਡਾ ਨਗਰ ਹੈ ਜਿੰਨਾ ਵੀ ਕਿਉਂਕਿ ਉਹ ਮੁਸਲਮਾਨਾਂ ਦਾ ਨਗਰ ਸੀ ਪਹਿਲਾਂ ਜਿੰਨੇ ਵੀ ਸਾਡੇ ਨਗਰ ਦੇ ਵਿੱਚ ਆ ਕੇ ਲੋਕ ਪਾਕਿਸਤਾਨ ਤੋਂ ਉਸ ਨਗਰ ਦੇ ਵਿੱਚ ਬੈਠੇ ਇਹਨਾਂ ਦਾ ਵੀ ਜਿਹੜਾ ਪਿਛੋਕੜ ਸੀ ਗਰੇਵਾਲ ਦਾ ਪਿੰਡ ਨਾਲਗਵਾਲ ਨਜ਼ਦੀਕ ਲੁਧਿਆਣਾ ਜਿੱਥੇ ਤੁਸੀਂ ਹੁਣੇ ਟੀਵੀ ਤੇ ਅਖਬਾਰ 'ਚ ਰੋਜ਼ ਪੜ੍ਹਦੇ ਹੋ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਹੋ ਕੇ ਹੱਟੀਆਂ ਉਹਦੇ ਨਜ਼ਦੀਕ ਹੀ ਇਹਨਾਂ ਦਾ ਪਿੰਡ ਪਿਛਲਾ ਜਿਹੜਾ ਨਾਰਗਵਾਲ ਸੀ ਇਹ ਤਕਰੀਬਨ 22 ਪਿੰਡ ਮਾਲਵੇ ਇਤਿਹਾਸ ਵਿੱਚ ਆਉਂਦਾ ਹੈ ਗਰੇਵਾਲ ਦੇ ਪਰਿਵਾਰਾਂ ਦੇ ਪਿੰਡ ਸੀ ਅਤੇ ਉੱਥੋਂ ਹੀ ਉੱਠ ਕੇ ਪਾਕਿਸਤਾਨ ਜਾ ਕੇ ਇਹ ਪਿੰਡ ਖਾਸੀ ਕਲਾਂ ਨਜ਼ਦੀਕ ਲੁਧਿਆਣਾ ਉੱਥੇ ਪਾਕਿਸਤਾਨ ਦੀ ਜ਼ਮੀਨ ਇਹਨਾਂ ਨੂੰ ਪ੍ਰਾਪਤ ਹੋਈ ਅਤੇ ਸਾਰੇ ਨਗਰ ਦੇ ਵਿੱਚ ਜਿੰਨਾ ਸਾਡੇ ਵੀ ਵਸਨੀਕ ਨੇ ਉਹਦੇ ਵਿੱਚ ਗਰੇਵਾਲ ਅਤੇ ਗਿੱਲ ਮਿਕਸ ਹੋਰ ਵੀ ਕਈ ਗੋਤਾਂ ਬੈਠੀਆਂ ਨੇ ਅਤੇ ਉਸ ਪਿੰਡ ਦੇ ਵਿੱਚ ਜ਼ਮੀਨਾਂ ਅਲਾਟ ਹੋਈਆਂ ਅਤੇ ਇਸ ਪਰਿਵਾਰ ਨੂੰ ਵੀ ਉਸ ਪਿੰਡ ਦੇ ਵਿੱਚ ਜ਼ਮੀਨ ਅਲਾਟ ਹੋਈ ਅਤੇ ਉੱਥੇ ਭਾਈ ਦਵਿੰਦਰ ਸਿੰਘ ਜੀ ਦਾ ਬਚਪਨ ਬੀਤਿਆ ਪਹਿਲਾਂ ਪੜ੍ਹਾਈ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਉਹਨਾਂ ਨੇ ਕੀਤੀ ਅਤੇ ਫਿਰ ਪੜ੍ਹਾਈ ਤੋਂ ਹਟ ਕੇ ਜਿਹੜਾ ਜੱਟਾਂ ਦਾ ਜ਼ਿਮੀਂਦਾਰਾਂ ਦਾ ਕਿੱਦਾਂ ਮੁੱਖਾ ਹੈ ਖੇਤੀਬਾੜੀ ਉਹ ਉਹਨਾਂ ਨੇ ਸ਼ੁਰੂ ਕੀਤੀ ਬੌਲਦਾਂ ਦੇ ਨਾਲ ਉਹ ਖੇਤੀ ਹੋਇਆ ਕਰਦੀ ਸੀ ਅਤੇ ਭਾਈ ਦਵਿੰਦਰ ਸਿੰਘ ਜੀ ਨੇ ਖੇਤੀ ਆਰੰਭ ਕੀਤੀ ਬੌਲਦਾਂ ਦੇ ਨਾਲ ਹਲ ਵਾਹਿਆ ਅਤੇ ਬਹੁਤ ਮਸ਼ਕਤ ਕੀਤੀ ਕਿਉਂਕਿ ਪਰਿਵਾਰ ਵਿੱਚੋਂ ਵੱਡੇ ਸੀ ਉਦੋਂ ਦੋਵੇਂ ਛੋਟੇ ਭਰਾ ਉਹਨਾਂ ਨੇ ਪੜ੍ਹਦੇ ਸੀ ਫਿਰ ਖੇਤੀ ਤੋਂ ਬਾਅਦ ਸਮੇਂ ਮੁਤਾਬਕ ਟਰੈਕਟਰ ਲਿਆ ਖੇਤੀ ਦੇ ਵਿੱਚ ਵਾਧਾ ਕੀਤਾ ਉਸ ਤੋਂ ਬਾਅਦ ਇਹਨਾਂ ਦੇ ਬ੍ਰਦਰ ਸਵਰਗਵਾਸੀ ਸਰਦਾਰ ਰਜਿੰਦਰ ਸਿੰਘ ਜੀ USA ਵਾਲੇ ਉਹਨਾਂ ਨੇ ਖੇਤੀ ਨੂੰ ਚੱਕਿਆ ਅਤੇ ਛੋਟੇ ਭਰਾ ਭਾਈ ਹਰਬੰਸ ਸਿੰਘ ਨੇ ਵੀ ਹੱਥ ਵਟਾਉਣਾ ਸ਼ੁਰੂ ਕੀਤਾ ਉਸੇ ਹੀ ਵੇਲੇ ਉਹਨਾਂ ਦੀਆਂ ਮਾਸੀਆਂ ਜਿਹੜੀਆਂ ਇੱਥੇ ਮੌਜੂਦ ਨੇ ਉਹਨਾਂ ਦੇ ਮਾਸੜ ਜੀ ਅਜੇ ਹੇੜੀ ਵਾਲੇ ਜੋ ਕਿ ਆਪ PWD B&R ਮਹਿਕਮੇ ਦੇ ਵਿੱਚ ਆਪ ਅਫੀਸਰ ਸੀ ਚੰਗੇ ਅਹੁਦੇ ਦੇ ਉੱਤੇ ਸੀ ਉਹਨਾਂ ਨੇ ਆਪਣੇ ਭਾਣਜੇ ਇਹ ਸਰਦਾਰ ਦਵਿੰਦਰ ਸਿੰਘ ਜੀ ਨੂੰ ਇਸੇ ਹੀ ਮਹਿਕਮੇ PWD B&R ਦੇ ਵਿੱਚ ਨੌਕਰੀ ਦਵਾਈ ਇਹ ਫਿਰ ਜਦ ਤੋਂ ਪਿੰਡ ਇਸ ਪਾਸੇ ਪੁੱਜ ਗਿਆ ਇਹ ਇਹਨਾਂ ਦਾ ਨਾਨਕਾ ਪਰਿਵਾਰ ਹੈ ਖਰੜ ਵੀ ਉੱਥੇ ਆ ਕੇ ਰਹਿਣ ਲੱਗ ਗਿਆ ਅਤੇ ਇੱਧਰ ਸਰਵਿਸ ਕਰਦਾ ਰਿਹਾ ਉਸ ਦੇ ਦੌਰਾਨ ਹੀ ਭਾਈ ਦਵਿੰਦਰ ਸਿੰਘ ਜੀ ਦਾ ਵਿਆਹ ਮਰਿੰਡਾ ਦੇ ਨਜ਼ਦੀਕ ਪਿੰਡ ਚਲਾਕੀ ਸਾਡੇ ਬੜੇ ਹੀ ਸਤਿਕਾਰਯੋਗ ਸਨਮਾਨਯੋਗ ਭਾਬੀ ਜੀ ਬੀਬੀ ਅਮਰਜੀਤ ਜੀ ਕੌਰ ਦੇ ਨਾਲ ਹੋਇਆ
ਤੇ ਉਹ ਬਾਜਵਾ ਪਰਿਵਾਰ ਪਿੰਡ ਚਲਾਕੀ ਦੇ ਰਹਿਣ ਵਾਲਾ ਤੇ ਸਾਡੀ ਭਰਜਾਈ ਸੀ ਜਿਹੜੀ ਉਹ ਵੀ ਟੀਚਰ ਸੀ ਅਧਿਆਪਕਾ ਸੀ ਨੌਕਰੀ ਕਰਦੀ ਸੀ ਤੇ ਉੱਧਰ ਇਹ ਭਾਈ ਦਵਿੰਦਰ ਸਿੰਘ ਨੌਕਰੀ ਕਰਦਾ ਸੀ ਉੱਧਰ ਸਾਡੀ ਭਾਬੀ ਸੀ ਨੌਕਰੀ ਕਰਦੇ ਸੀ ਤੇ ਫਿਰ ਐਸੇ ਹੀ ਖਰੜ ਦੇ ਵਿੱਚ ਆਪਣੇ ਨਾਨਕੇ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੇ ਆਪਣਾ ਪਲਾਟ ਜਗ੍ਹਾ ਖਰੀਦ ਕੇ ਮਕਾਨ ਤਿਆਰ ਕੀਤਾ ਤੇ ਵਿਆਹ ਤੋਂ ਬਾਅਦ ਉਹਨਾਂ ਦੇ ਗ੍ਰਹਿ ਇੱਥੇ ਉਹਨਾਂ ਦੇ ਘਰ ਦੋ ਬੱਚੇ ਇੱਕ ਉਹਨਾਂ ਦਾ ਲੜਕਾ ਇੱਕ ਲੜਕੀ ਪਰਮੇਸ਼ਰ ਨੇ ਉਹਨਾਂ ਦੇ ਘਰ ਦੋ ਬੱਚਿਆਂ ਦਾ ਜੋ ਜਨਮ ਹੋਇਆ ਉਹਨਾਂ ਦੀ ਪਰਵਰਿਸ਼ ਕੀਤੀ ਕਿਉਂਕਿ ਦੋਵੇਂ ਹੀ ਨੌਕਰੀ ਭੇਜੇ ਵਾਲੇ ਸੀ ਦੋ ਹੀ ਬੱਚਿਆਂ ਨੇ ਚੰਗੀ ਪੜ੍ਹਾਈ ਕੀਤੀ ਅੱਜ ਉਹਨਾਂ ਦਾ ਸਪੁੱਤਰ ਹੈ ਜਿਹੜਾ ਉਹ ਪ੍ਰਾਪਰਟੀ ਦਾ ਕੰਮ ਕਰ ਰਿਹਾ ਹੈ ਜਿਹੜੀ ਲੜਕੀ ਹੈ ਉਹ ਆਸਟ੍ਰੇਲੀਆ ਦੇ ਵਿੱਚ ਸੈਟਲ ਹੈ ਸੋ ਕੋਈ ਕਮੀ ਨਹੀਂ ਅਤੇ ਸਾਡੇ ਭਾਬੀ ਜੀ ਵੀ ਇਸ ਵੇਲੇ ਰਿਟਾਇਰਮੈਂਟ ਉਹਨਾਂ ਹੋ ਚੁੱਕੇ ਨੇ ਉਹ ਵੀ ਘਰ ਦਾ ਕੰਮ ਸਾਰਾ ਸਾਂਭ ਰਹੇ ਨੇ ਅਤੇ ਇਸੇ ਹੀ ਤਰ੍ਹਾਂ ਇਹ ਭਾਈ ਜਿਹੜਾ ਦਵਿੰਦਰ ਸਿੰਘ ਸੀ ਅਸੀਂ ਉਹਦੇ ਨਾਲ ਛੋਟੇ ਸੀ 5-7 ਸਾਲ ਇਹ ਇੱਕ ਚੰਗਾ ਸਪੋਰਟਸਮੈਨ ਸੀ ਫੁੱਟਬਾਲ ਦਾ ਬੜਾ ਤਗੜਾ ਖਿਡਾਰੀ ਸੀ ਇਹ ਸਕੂਲ ਵਿੱਚ ਵੀ ਅਤੇ ਪਿੰਡ ਦੀ ਟੀਮ ਵਿੱਚ ਫਿਰ ਕਬੱਡੀ ਦਾ ਵੀ ਚੰਗਾ ਖਿਡਾਰੀ ਇਹ ਰਿਹਾ ਇਹਨੇ ਚੰਗਾ ਨਾਮ ਨਾ ਆਪਣੇ ਇਲਾਕੇ ਦੇ ਵਿੱਚ ਟੂਰਨਾਮੈਂਟਾਂ ਦੇ ਵਿੱਚ ਖੱਟਿਆ ਇਨਾਮ ਪ੍ਰਾਪਤ ਕੀਤੇ ਇਸ ਲਈ ਇਹਦਾ ਇਹ ਜੀਵਨ ਸੀ ਭਾਈ ਦਵਿੰਦਰ ਸਿੰਘ ਜੀ ਦਾ ਅਤੇ ਆਹ ਹੁਣ ਕੁਝ ਸਮੇਂ ਤੋਂ ਉਹ ਬਿਮਾਰ ਰਹੇ ਪਰ ਬਿਮਾਰ ਰਹਿਣ ਦੇ ਬਾਵਜੂਦ ਵੀ ਅਤੇ ਸਾਡੀ ਭਾਬੀ ਜੀ ਉਹਨਾਂ ਦੇ ਸਪੁੱਤਰ ਨੇ ਉਹਨਾਂ ਦੀ ਨੂੰਹ ਨੇ ਬੜੀ ਸੇਵਾ ਕੀਤੀ ਉਹਨਾਂ ਦੀ ਪਤਾ ਲੱਗਦਾ ਰਿਹਾ ਜਦੋਂ PGI ਦਾਖਲ ਰਹੇ ਫਿਰ ਘਰੇ ਆਏ ਇਸੇ ਕਿਸਮ ਦੀ ਵੀ ਜਦੋਂ ਵੀ ਉਹਨਾਂ ਨੇ ਆਵਾਜ਼ ਮਾਰੀ ਮੈਨੂੰ ਸਾਡਾ ਵੀਰ ਹਰਬੰਸ ਸਿੰਘ ਦੱਸਦਾ ਸੀ ਬਈ ਹਰ ਵਕਤ ਹਾਜ਼ਰ ਸੀ ਉਹਨਾਂ ਨੇ ਬੜੀ ਸੇਵਾ ਕੀਤੀ ਪਰ ਇਹ ਸਾਰੇ ਜਿਵੇਂ ਕਹਿੰਦੇ ਆਪਾਂ ਆਮ ਆਪਣੀ ਇੱਕ ਕਹਾਵਤ ਹੈ ਬਈ ਜਦੋਂ ਬੰਦੇ ਦਾ ਅੰਤਮ ਸਮਾਂ ਆਉਂਦਾ ਹੈ ਤੇ ਫਿਰ ਕੋਈ ਨਾ ਕੋਈ ਉਹਦਾ ਬਹਾਨਾ ਹੈ ਜਿਹੜਾ ਉਹ ਜੁੜਦਾ ਹੈ ਕਿਉਂਕਿ ਆਪਾਂ ਜੇ ਕਹੀਏ ਬਈ ਸਾਰੇ ਜੇ ਕੋਈ ਤੰਦਰੁਸਤ ਆ ਉਹ ਕਿਹੜਾ ਇਸ ਮਾਤ ਲੋਕ ਦੇ ਵਿੱਚ ਉਹਨੂੰ ਜਾਣਾ ਪਿਆ ਉਹਦਾ ਵੀ ਕੋਈ ਬਹਾਨਾ ਬਣਿਆ ਜਿਹਨੂੰ ਕੋਈ ਵੀ ਬਿਮਾਰੀ ਨਹੀਂ ਅਤੇ ਇਸ ਤਰ੍ਹਾਂ ਭਾਈ ਦਵਿੰਦਰ ਸਿੰਘ ਕੁਝ ਦੇਰ ਬਿਮਾਰ ਰਹਿਣ ਤੋਂ ਪਿੱਛੋਂ ਕੁਝ ਦਿਨ ਪਹਿਲਾਂ ਸਾਰੇ ਹੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਇਹ ਸੀ ਮੈਂ ਥੋੜ੍ਹੀ ਜਿਹੀ ਉਹਨਾਂ ਦੇ ਜੀਵਨ 'ਤੇ 5-6 ਝਾਤ ਪਾਈ ਕਿਉਂਕਿ ਅਸੀਂ ਉਹਨਾਂ ਦੇ ਨਾਲ ਖੇਡੇ ਛੋਟੇ ਹੁੰਦੇ ਗਰਾਊਂਡ 'ਚ ਵੀ ਖੇਡੇ ਪਿੰਡ 'ਚ ਵੀ ਖੇਡੇ ਅਤੇ ਬੜਾ ਹੀ ਹਰਮਨ ਪਿਆਰਾ ਸੀ ਸਾਰਿਆਂ ਨਾਲ ਬੜਾ ਪਿਆਰ ਕਰਨ ਵਾਲਾ ਸੀ ਇਸ ਲਈ ਆਓ ਇਸ ਪਰਿਵਾਰ ਦੇ ਵਿੱਚੋਂ ਭਾਈ ਦਵਿੰਦਰ ਸਿੰਘ ਜੀ ਦਾ ਜਿਹੜਾ ਜਾਣਾ ਹੈ ਉਹ ਪਰਿਵਾਰ ਨੂੰ ਜਿੱਥੇ ਬੜਾ ਵੱਡਾ ਘਾਟਾ ਪਿਆ ਉੱਥੇ ਨਾਲ ਹੀ ਇਸ ਨਗਰ ਨੂੰ ਜਿੱਥੇ ਉਹ ਰਹਿੰਦੇ ਆ ਧਾਕੇ ਦੇ ਵਿੱਚ ਖਰੜ ਵਿੱਚ ਉਹਨਾਂ ਨੂੰ ਵੀ ਰਿਸ਼ਤੇਦਾਰਾਂ ਨੂੰ ਵੀ ਬਹੁਤ ਵੱਡਾ ਜਿਹੜਾ ਘਾਟਾ ਪਿਆ ਉਹ ਪਾੜਾ ਪੂਰਨਾ ਕੁਝ ਸਮਾਂ ਜ਼ਰੂਰ ਲੱਗੇਗਾ ਆਓ ਪਰ ਉਹਨਾਂ ਦੀ ਜਿਹੜੀ ਸੇਵਾ ਹੈ ਪਰਿਵਾਰ ਨੇ ਬਹੁਤ ਕੀਤੀ ਹੈ ਕਿਉਂਕਿ ਬਹੁਤ ਹੀ ਸਿਆਣੇ ਅਤੇ ਸੂਝਵਾਨ ਸਾਡੇ ਭਾਬੀ ਜੀ ਅਮਰਜੀਤ ਕੌਰ ਹਨ ਉਹਨਾਂ ਦੇ ਬੱਚੇ ਹਨ ਸੋ ਉਹਨਾਂ ਨੇ ਕੋਈ ਮੱਥੇ 'ਤੇ ਵੱਟ ਨਹੀਂ ਪਾਇਆ ਜਿਵੇਂ ਵੀ ਉਹਨਾਂ ਨੇ ਕਿਹਾ ਉਹਨਾਂ ਦੀ ਮੰਨੀ ਹੈ ਹੁਣੇ ਹੀ ਮੇਰੇ ਵੀਰ ਰਾਗੀ ਸਿੰਘ ਕਹਿੰਦੇ ਸੀ ਬਈ ਜਿਹਨਾਂ ਨੇ ਮਾਤਾ ਪਿਤਾ ਦੀ ਸੇਵਾ ਕੀਤੀ ਹੈ ਕਿ ਤੂੰ ਉੱਚੀ ਸੇਵਾ ਅਤੇ ਸੁੱਚੀ ਸੇਵਾ ਦੁਨੀਆਂ ਦੇ ਉੱਤੇ ਕੋਈ ਨਹੀਂ ਕਿਉਂਕਿ ਆ ਜਿਹੜਾ ਸਮਾਂ ਅਜੋਕਾ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਆਪਣੇ ਦਾਦੇ ਦਾਦੀ ਨੂੰ ਮਾਤਾ ਪਿਤਾ ਨੂੰ ਅੱਜ ਦੇ ਬੱਚੇ ਨੇ ਜਿਹੜੇ ਜਿੰਨਾ ਸਤਿਕਾਰ ਜਿੰਨਾ ਪਿਆਰ ਮਿਲਣਾ ਚਾਹੀਦਾ ਉਹ ਨਹੀਂ ਦੇ ਰਹੇ ਆਪਾਂ ਜਦੋਂ ਪੜ੍ਹਦੇ ਹਾਂ ਸੁਣਦੇ ਹਾਂ ਅਤੇ ਬੜਾ ਹੀ ਚੰਗਾ ਸਮਾਂ ਹੈ ਜਿਹੜੇ ਇਹ ਸਮੇਂ ਦੇ ਵਿੱਚ ਆਪਣੇ ਮਾਂ ਪਿਓ ਦਾ ਦਾਦੇ ਦਾਦੀ ਦਾ ਵਡੇਰਿਆਂ ਦਾ ਜਿਹੜੇ ਬੱਚੇ ਸਤਿਕਾਰ ਕਰਦੇ ਨੇ ਉਹ ਘਰ ਹੈ ਜਿਹੜਾ ਉਹ ਸਤਿਯੁਗ ਦੇ ਹੀ ਬਰਾਬਰ ਹੈ ਇਸ ਲਈ ਆਓ ਉਹਨਾਂ ਦਾ ਬਹੁਤ ਵੱਡਾ ਵਿਛੋੜਾ ਜਿਹੜਾ ਪੈ ਚੁੱਕਿਆ ਹੈ ਮੈਂ ਹੁਣ ਬੇਨਤੀ ਕਰਾਂਗਾ
कि साडे नगर दे विचों ही ओही घरे वाल परिवार ने ते सबका ट्रैकर ट्रैक्टर रहे ने शुगर मिल पिंड बुढ़ेवाल ते ओ साडे विच पुजे ने ज्ञानी सोन सिंह जी। मैं उन्हां नूं इन्नी बेनती करांगा बई आए सारे रिश्तेदार साथ संबंधी मित्र दोस्त जिन्हें भी भाई दविंदर सिंह जी की अंतम अरदास शामिल हुए ने सारे का ही धन्यवाद करेंगे ते उहदे नाल ही परिवार वालों भाई दविंदर सिंह जी के निमित्त जिहड़ी सेवा है वो अज दा गुरुद्वारे की बिल्डिंग तैयार हो रही है इमारत उहदे लई बड़ी माया भेजी है सेवा विच ते जिहड़े पिंड दे विच उह भाई दविंदर सिंह जी का अपना पिंड है उस गुरद्वारे दे विच भी गुरद्वारा जिहड़ा नवां तैयार कीती गई है उहदी इमारत उहदे लई भी माया भेजी है। सो परिवार का यह माया भेजण का बहुत बहुत धन्यवाद ते नाल ही मैं बेनती करता हाँ गुरु महाराज जी के चरणों में जिहड़ी सेवा गुरु घर लई परिवार वालों भेजी गई है गुरु महाराज जी कृपा करन इन्हां दी किरत कमाइयां नूं सफला करन। ते हुण मैं बेनती करांगा ज्ञानी सोहन सिंह जी सबका डायरैक्टर शुगर मिल बुढ़ेवाल वो आईया संगत का सारिया का धन्यवाद करूंगी। ਗੁਰੂ ਸੂਖ ਸਾਧ ਸੰਗਤ ਜੀਓ ਅਸਨਾਮ ਕਰੋ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਆਜ ਦੇ ਰਵਿੰਦਰ ਸਿੰਘ ਸਾਡੇ ਛੋਟੇ ਬੱਚਿਆਂ ਤੋਂ ਵੀ ਬੱਚਾ ਸੀ ਕੋਲੇ ਖੇਡਿਆ ਪੜਿਆ ਉਸ ਵੇਲੇ ਸਾਡੇ ਪਿੰਡਾਂ ਵੱਲ ਕੋਈ ਰਿਸ਼ਤਾ ਨਹੀਂ ਸੀ ਕਰਨਾ ਜਾਂਦਾ ਫਸਲ ਨਹੀਂ ਸੀ ਹੁੰਦੀ ਉਹ ਬੰਜਰ ਜ਼ਮੀਨ ਸੀ ਮੁਸਲਮਾਨ ਥੋੜ੍ਹੇ ਜਿਹੀ ਨੇੜੇ ਨੇੜੇ ਪਿੰਡ ਦੇ ਅੱਧਾ ਕਿਲੋਮੀਟਰ ਕਰਦੇ ਅਤੇ ਰੋਟੀ ਯੋਗ ਕਮਾਈ ਇਹਨੇ ਸਾਰੀ ਜ਼ਮੀਨ ਨੂੰ ਪੱਟਿਆ ਬਹੁਤਾਂ ਨਾਲ ਪਾਇਆ ਟਰੈਕਟਰਾਂ ਬਹਾ ਕੇ ਫਿਰ ਵੀ ਨਹੀਂ ਸੀ ਉਹ ਚੱਲਦੀ ਮੇਰੇ ਕੋਲ ਸ਼ਬਦ ਨਹੀਂ ਜਿਹਨਾਂ ਨਾਲ ਜਿੰਨੀ ਮਿਹਨਤ ਉਹਨੇ ਕਰੀ ਅਤੇ ਇਹ ਪਰਿਵਾਰ ਸੰਤ ਸਿੰਘ ਇਲਾਕੇ ਸਭ ਤੋਂ ਵੱਡੇ ਇਲਾਕੇ ਨੇ ਤਾਂ ਲਾਟੀ ਇਹਨਾਂ ਦਾ ਨਾਮ ਰੱਖਿਆ ਗਿਆ ਅਤੇ ਜਿਵੇਂ ਦੱਸਿਆ ਸੇਵਾ ਇਸ ਸਥਾਨ 'ਤੇ ਵੀ ਭੇਜੀ ਹੈ ਉੱਥੇ ਵੀ ਭੇਜੀ ਹੈ ਬੰਦਾ ਅਮਰੀਕਾ ਚਲਾ ਜਾਵੇ ਕਨੇਡਾ ਚਲਾ ਜਾਵੇ ਕਿਸੇ ਸਟੇਟ 'ਚ ਚਲੇ ਜਾਵੇ ਉਹਦਾ ਜਨਮ ਨਗਰ ਉਹੀ ਵੱਜਦਾ ਜਿਵੇਂ ਇਹਨਾਂ ਦਾ ਆਪਣਾ ਦੱਸਿਆ ਹੀ ਹੈ ਪਹਿਲਾਂ ਪਾਕਿਸਤਾਨ 'ਚੋਂ ਆਏ ਠੀਕ ਹੈ ਫਿਰ ਇੱਥੇ ਪਹਿਲਾਂ ਹਿੰਦੁਸਤਾਨ 'ਚੋਂ ਤੋਂ ਉੱਤੇ ਗਏ ਨਾਰੰਗਵਾਲ ਤੋਂ ਅਸਲੀ ਧਾਮਲੇ ਜਵਾਨ ਇੱਥੇ ਫਿਰ ਆਏ ਹੁਣ ਜੇ ਇੱਥੇ ਵਸੇ ਹਜੇ ਪਤਾ ਨਹੀਂ ਮੈਂ ਆਸਟ੍ਰੇਲੀਆ ਵੀ ਉਨਕੀ ਵਾਰੀ ਗਏ ਨੇ ਲੜਕੀ ਹੋਰ ਕਿੱਥੇ ਕਿੱਥੇ ਅੰਜਲ ਹੈ ਇਹ ਨਿਸ਼ਾਨ ਸਾਹਿਬ ਝੰਡੇ ਉਹਨਾਂ ਦੇ ਝੂਲਦੇ ਆ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿਨ੍ਹਾਂ ਦੀ ਕਰਨੀ ਧਰਤੀ ਕਿਰਪਾ ਹੁੰਦੀ ਹੈ ਕਰਨੀ ਧਰ ਦਾ ਹੀ ਝੰਡਾ ਹੈ ਪੁੱਤਰ ਨਿਸ਼ਾਨ ਦਾ ਧਾਮਲੇ ਜਵਾਨ ਹੈ ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ ਮੈਂ ਵਾਰ ਸਮਾਨ ਨਾ ਲਵਾਂ ਇਹ ਪਰਿਵਾਰ ਨਾਲ ਸਾਡੇ ਸਾਰਿਆਂ ਨਾਲ ਇਹ ਹੋਈ ਹੈ ਮਤਾ ਕਰੇ ਪੱਛਮ ਕਰ ਆਏ ਪੂਰਬੀ ਹੀ ਕਰਦਾ ਮੈਂ ਸੋਚਦਾ ਤਾਂ ਹੈ ਵੀ ਮੈਂ ਇੱਧਰ ਜਾਣਾ ਚੜ੍ਹਦੀ ਵੱਲ ਪੈ ਜਾਂਦਾ ਛੇਤੀ ਵੱਲ ਮੈਂ ਤਾਂ ਦੂਜੇ ਪਾਸੇ ਅਸੀਂ ਤਾਂ ਸੋਚਦੇ ਸੀ ਉੱਧਰ ਠੀਕ ਹੋ ਇਲਾਜ ਕਰਵਾਇਆ ਇਸ ਵਾਸਤੇ ਪਰ ਹੁਕਮ ਹੈ ਜਿਹੜਾ ਭਾਣਾ ਮੰਨਣਾ ਪੈਂਦਾ ਸੋ ਮੈਂ ਆਪਦੇ ਸ਼ਬਦਾਂ ਨੂੰ ਇੱਥੇ ਵਿਸਰਾਮ ਦਿੰਦਾ ਇਸ ਪਰਿਵਾਰ ਨੂੰ ਸੰਬੰਧੀਆਂ ਨੂੰ ਸਾਰਿਆਂ ਨੂੰ ਸਤਿਗੁਰੂ ਮਹਾਰਾਜ ਭਾਣਾ ਬਦਲਾ ਭਾਣਾ ਮੰਨਣ ਦਾ ਵਕਤ ਉਦੋਂ ਬਖਸ਼ਿਸ਼ ਕਰਨ ਨਾਲ ਗੁਰੂ ਕੀ ਸਿੱਖੀ ਗੁਰੂ ਕੀ ਬਾਣੀ ਬਾਣਾ ਬਖਸ਼ਿਸ਼ ਕਰਨ ਇਹਦੇ ਨਾਲ ਸਾਡੇ ਲੋਕ ਲੋਕ ਸੁਰਦੇ ਹੁੰਦੇ ਆ ਸਾਰੀਆਂ ਹੀ ਆਈਆਂ ਸੰਗਤਾਂ ਦਾ ਸੋਡਾ ਇੱਕ ਸਾਡੀਆਂ ਕਰਮ ਸਾਡੇ ਭਗਤਾਂ ਅਤੇ ਸਾਰੀ ਸਾਧ ਸੰਗਤ ਜਿਵੇਂ ਨਹੀਂ ਪ੍ਰਸ਼ਾਦਾ ਛੱਡਿਆ ਪ੍ਰਸ਼ਾਦਾ ਛੱਡ ਕੇ ਜਾਣਾ ਦੂਸਰਾ ਜੀ ਸ਼ਰਦਾ ਛੱਤਿਆ ਉਹਨਾਂ ਚਾਹ ਛੱਡ ਕੇ ਜਾਣਾ ਸਾਡਾ ਤਾਂ ਹੁਣ ਕਰੀਬ ਨਾ ਹੀ ਅਸੀਂ ਦੂਰ ਕਦੇ ਸਮਾਂ ਨਹੀਂ ਮਿਲਦਾ ਨਹੀਂ ਇੱਕ ਪਰਿਵਾਰ ਅਸੀਂ ਇੱਕ ਜਨਾਨ ਹੈ ਇੱਕ ਜੀ ਹੈ ਸੋ ਭਾਈ ਹਰਮਾਨ ਸਿੰਘ ਉਹਨਾਂ ਤਾਂ ਬਿਆਨਤੀ ਹੁੰਦੇ ਜਾਂਦੇ ਰਹੇ ਨੇ ਛੋਟੇ ਹੁੰਦੇ ਬਹੁਤ ਸਮਾਂ ਅਸੀਂ ਕੋਲ ਰਹੇ ਹਾਂ ਸ਼ਬਦ ਨਹੀਂ ਮੇਰੇ ਕੋਲ ਧੰਨਵਾਦ ਕਰਨ ਦਾ ਸਤਿਗੁਰੂ ਮਹਾਰਾਜ ਸਿੱਖੀ ਬਖਸ਼ਿਸ਼ ਕਰਨ ਹੋਈ ਉਹਨਾਂ ਦੇ ਕਿ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ